दफ्तर चक दे विच बैठे हां तहसील दुनियापुर जिला लोधरा ते असी अज पुछण लगे हां बाबा जी दे कोल बैठे हां पिछले पिछोकड़ पिंड दा वी ओह किदां आया सी ते अस्सलाम वालेकुम बाबा जी अज तुहाडे कोलों पिछली गलबात पुछणी आ ते पिछो पिंड किहड़ा सी खड़ा के गल करनी जरा पिंड साडा जी जिथे रकबा सी हां जी ਉਹ ਸੀ ਦੁਗਰੀ ਦੁਗਰੀ ਪਿੰਡ ਦੁਗਰੀ ਪਿੰਡ ਅੱਛਾ ਉਸ ਪਿੰਡ ਸਾਡਾ ਰਕਬਾ ਜੀ 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 ਤੇ ਜਿਹੜਾ ਸਾਡਾ ਅਸੀਂ ਛੇ ਚਾਚੇ ਸਾਡੇ ਛੇ ਭਰਾ ਸੀ ਅੱਛਾ ਤੇ ਤਿੰਨ ਉੱਥੇ ਰਕਬੇ 'ਤੇ ਰਹਿੰਦੇ ਸੀ ਜੀ ਤਿੰਨ ਰਹਿੰਦੇ ਸੀ ਦੂਸਰੇ ਪਿੰਡ ਦੋਲੀ ਕੇ ਅੱਛਾ ਦੋਲੀ ਪਿੰਡ ਸੀ ਦੋਲੀ ਕੇ ਪਿੰਡ ਸੀ ਦੋਲੀ ਕੇ ਦੂੜੇ ਵੱਜਦੇ ਸੀ ਇਕੱਠੇ ਸਹੀ ਆ एक गल मैं भूल गया जी पूछनी अपना नाम की है मेरा गुलाम मोहम्मद गुलाम मोहम्मद वाले का नाम मेरे ते दादा का नाम याद है दादे का नाम मैं हाँ याद है दादे का नाम अपना कूड़ा कूड़ा सकते अच्छा कूड़ा अच्छा 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 तो पिछे ना चलो ठीक है हम दौली पेंट तो अगे गल सी हाँ जी हाँ जी दौली के दूड़े सी पता लग गया जी इथो जाना पैना पैना जी बैठे सी कठे असा ईद पढ़ के आए अच्छा हर रोटिया ईद पढ़ी अच्छा ਪਿੰਡ ਸੀਗਾ ਜਿੱਥੇ ਹਮਲਾ ਕਰ ਦਿੱਤਾ ਸੀ ਜਿੱਥੇ ਦੇਖਦੇ ਸੀ ਦਵਾਰਾਂ ਵੱਢੀ ਜਾਂਦੇ ਸੀ ਅੱਛਾ ਲੁੱਟਦੇ ਵੀ ਸੀਗੇ ਉਹ ਲੁੱਟਦੇ ਦੇਖੋ ਜਿਹੜੇ ਲੁੱਟਦੇ ਲੁੱਟਦੇ ਮਾਲ ਲੁੱਟਦੇ ਲੁੱਟਦੇ ਘਰ ਸੀ ਅੱਛਾ ਲੁੱਟਦੇ ਹੋਏ ਜੇਲੇ ਛੱਡ ਕੇ ਜਿਹੜਾ ਜਿਹੜਾ ਲੁੱਟਣਾ ਹੀ ਹੈ ਹਾਂ ਹਾਂ ਬਿਲਕੁਲ ਬਿਲਕੁਲ ਅਸੀਂ ਘਰ ਭਰ ਭਰਿਆ ਛੱਡਿਆ ਹਾਂਜੀ ਮੋੜ ਮੋੜ ਚੱਕਣਾ ਹੀ ਹੈ ਹਾਂਜੀ ਉੱਥੋਂ ਜਨਾਬ ਸਾਹ ਜੇਲੇ ਹਲਾ ਹਲਾ ਹੋਈ ਤਾਂ ਹਾਂਜੀ ਅਸੀਂ ਗੱਡਾ ਜੋੜਿਆ ਅੱਛਾ ਜੋੜਦੇ ਪਾਇਆ ਜੀ ਜੀ ਤੇ ਦਾਦਿਆਂ ਦੇ ਪਿੰਡ ਨੂੰ ਸ਼ੁਰੂ ਹੋ ਗਿਆ ਇਸ ਪਾਸੇ ਨੂੰ ਜਾਂਦੇ ਹਾਂ ਤੇ ਇੱਧਰ ਕੋਲ ਅਮਨ ਅੱਛਾ ਰਿਆਸ ਬਣਦੀ ਹਾਂਜੀ ਉਧਰ ਜਿਹੜੇ ਅਸੀਂ ਤਿਆਰ ਹੋਏ ਆ ਤੇ ਪਿੱਛੋਂ ਪਿੰਡੋ ਸਾਡਾ ਤਾਇਆ ਅੱਛਾ ਜੱਟਾਂ ਦੇ ਮੁੰਡੇ ਨਾਲ ਲੈ ਕੇ ਆ ਗਿਆ ਅੱਛਾ ਤੇ ਇਹਨੂੰ ਨਹੀਂ ਜਾਣਾ ਇਕੱਠੇ ਹੋ ਜਾਈਏ ਅੱਲਾ ਜਾਣੇ ਕੀ ਬਣਨਾ ਅੱਛਾ ਜਿਹੜੇ ਅਸਾਂ ਦੋ ਪਿੰਡ ਸਿੱਖਾਂ ਦੇ ਲੰਘ ਕੇ ਤਾਂ ਫਿਰ ਸਾਡਾ ਪਿੰਡ ਆਵਾ ਅੱਛਾ ਜਿਸ ਵੇਲੇ ਜਨਾਬ ਅਸਾਂ ਗੱਡਾ ਜੋੜ ਲੱਗੇ ਤਾਂ ਸਾਡਾ ਆ ਗਿਆ ਬਈ ਅਸੀਂ ਭਾਈ ਇਕੱਠੇ ਹੋ ਜਾਈਏ ਅੱਲਾ ਜਾਣੇ ਕੀ ਬਣਨਾ ਕੀ ਨਹੀਂ ਇਹਨੂੰ ਨਹੀਂ ਜਾਣਾ ਐਨ ਜਾਣਾ ਅੱਛਾ ਮੈਂ ਇੱਕ ਗੱਲ ਹੋਰ ਭੁੱਲ ਗਿਆ ਇਹਦੀ ਤਹਿਸੀਲ ਕਿਹੜੀ ਸੀ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਜਲੰਧਰ ਦਾ ਅੱਛਾ ਜ਼ਿਲ੍ਹਾ ਜਲੰਧਰ ਜਲੰਧਰ ਦੀ ਤਹਿਸੀਲ ਆ ਜੀ ਤਹਿਸੀਲ ਵੀ ਜਲੰਧਰ ਜਿੱਦਾਂ ਹੁਣ ਕਿੰਨੀ ਕੁ ਦੂਰ ਲਾਗੇ ਸਾਡਾ 6 ਕੁ ਮੀਲ ਸੀ ਜਿੱਦਾਂ ਹੁਣ ਦੁਨੀਆ ਕੋਲ ਅੱਛਾ ਠੀਕ ਆ 6-7 ਮੀਲ ਹਾਂ ਹਾਂ ਅਸੀਂ ਵੇਲੇ ਉਹ ਜੱਟਾਂ ਦਾ ਮੁੰਡਾ ਸਾਥੀ ਵੀ ਤਾਂ ਹੁੰਦੇ ਹਾਂਜੀ 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 ਉਹ ਜੱਟਾਂ ਦੇ ਮੁੰਡੇ ਨਾਲ ਗੱਲ ਚੰਗੀ ਆਈ ਉਹ ਜੱਟ ਮੁਸਲਮਾਨ ਸੀ ਜਾਂ ਸਿੱਖ ਸੀ ਸਿੱਖ ਸੀ ਅੱਛਾ ਸਾਨੂੰ ਮੁਸਲਮਾਨਾਂ ਨਾਲੋਂ ਵੀ ਵੱਧ ਸੀ ਅੱਛਾ ਸਾਡੇ ਤੇ ਗਿਆਨ ਦਿੰਦਾ ਸੀ ਹਾਂਜੀ ਹਾਂਜੀ ਉਹਦੀ ਮੈਂ ਤੁਹਾਨੂੰ ਖੂਬੀ ਸੁਣਾ ਦਿੰਦਾ ਸੁਣਾਇਓ ਦੱਸਿਓ ਅੱਛਾ ਜਿਹੜੇ ਪਹਿਲੇ ਪਿੰਡ ਦੇ ਜਾਂਦੇ ਹਾਂ ਸਿੱਖਾਂ ਦਾ ਪਿੰਡ ਲੰਘਣਾ ਸੀ ਦੂਸਰਾ ਤਾਂ ਫੇਰ ਲੰਘਣਾ ਸੀ ਨਾ ਹਾਂਜੀ ਪਹਿਲੇ ਜਿਹੜੇ ਗਏ ਤੇ ਇੱਕ ਰਾਈਆਂ ਦਾ ਗੱਡਾ ਉੱਥੇ ਡੱਕਿਆ ਅੱਛਾ ਉਹ ਰਾਈ ਉਹਦੇ ਲੱਗਦੇ ਸੀ ਸਿੱਖਾਂ ਸਿੱਖ ਲੱਗਦੇ ਸੀ ਰਾਈ ਨਾਲ ਅੱਛਾ ਉਹ ਵਿੱਚ ਹੁੰਦੇ ਹੀ ਨਾ ਹਾਂਜੀ ਹਾਂਜੀ ਉਹ ਕਹਿ ਕੇ ਮਿਸਰੀ ਉਹ ਗੱਡਾ ਨਹੀਂ ਲੰਘਣਾ ਅੱਛਾ ਗੱਡਾ ਨਹੀਂ ਤੁਹਾਡਾ ਲੰਘਣਾ ਅੱਛਾ ਜੇ ਹੁਣ ਤੁਹਾਡਾ ਗੱਡਾ ਟਪਾਉਣੇ ਤਾਂ ਸਾਨੂੰ ਇਹ ਵੀ ਟਪਾਉਣਾ ਅੱਛਾ ਅਸੀਂ ਗੱਡਾ ਪਿਛਾ ਮੋੜਿਆ ਜੀ ਕੋਈ 2-3 ਮਰਬਿਆਂ ਤੇ ਇੱਕ ਬਿੱਘੇ ਦਾ ਬਾਗ ਹੈ ਰਾਈ ਦਾ ਅੱਛਾ ਸਾਤੋਂ ਕੋਈ ਦੋ ਮਰਬੇ ਪਿਛਾ ਹੀ ਅੱਛਾ
ਉਹ ਇੱਕ ਬੀਗੇ ਦਾ ਬਾਗ ਹੋਵੇ ਉੱਥੇ ਗੱਡਾ ਛੱਡ ਦਿੱਤਾ। ਠੀਕ ਆ। ਪੰਜ ਡੰਗਰ ਸੀ ਨਾਲ। ਅੱਛਾ ਹਾਂਜੀ। ਅਸਾਂ ਜਨਾਬ ਵਜੇਲੇ ਉੱਥੇ ਗੱਡਾ ਛੱਡ ਦਿੱਤਾ ਅਤੇ ਸਾਨੂੰ ਸਿੱਖਾਂ ਦਾ ਮੁੰਡਾ ਕਹਿੰਦਾ ਜਿਹੜਾ ਦਾਜ ਦੇ ਨਾਲ ਆਇਆ, ਹਾਂਜੀ ਤੁਸੀਂ ਹੁਣ ਇੱਦਾਂ ਕਰੋ ਲੁੱਕ ਛੁੱਪ ਕੇ ਚਲੇ ਜਾਓ। ਅੱਛਾ। ਹੁਣ ਲੰਗਰ ਤਾਂ ਦਿਨ ਲੱਗਦਾ। ਹਾਂ ਹਾਂ। ਅਤੇ ਤੁਸੀਂ ਕਮਾਦ ਸੀਗੇ ਜਿਹੜਾ ਇਹ ਦੇਖੋ ਪਾਉਣਾ। ਹਾਂਜੀ ਹਾਂਜੀ। ਗਰਡ ਮੈਂ ਕਮਾਦ। ਅੱਛਾ। ਇਹ ਚੋਟੀ ਕਲਾਉਣ ਅਤੇ ਸੌਣ ਮਾਡਰ ਦੇ ਦੇਖ ਹੋ। ਅੱਛਾ। ਮਾਈਆਂ ਨੇ ਬੱਚੇ ਨੇ ਸੰਭਾਲੇ, ਬੱਚਾ ਉਹ ਟੁੱਟਦਾ ਹੱਥ ਆਵੇ ਟੁੱਟਦੇ ਬਹਿ ਗਏ। ਅੱਛਾ। ਹੈਂ ਜੀ ਜੀ। ਬਈ ਇਹ ਚੀਕ ਪਿਆ। ਹਾਂਜੀ। ਤਾਂ ਮਗਰ ਸ਼ਿਕਾਰੀ ਜਿੱਦਾਂ ਕੁੱਤਾ ਸ਼ਿਕਾਰ ਲੱਭਦਾ ਨਾ, ਹਾਂਜੀ ਇੱਦਾਂ ਸਿੱਖ ਲੱਭਦੇ। ਅੱਛਾ। ਅਸਾਂ ਜਿੰਨਾ ਉਹ ਕਮਾਉਂਦਾ ਦੇ ਵਿੱਚ ਬੜੇ ਜੀ। ਹੁਣ ਪਿੰਡ ਤੋਂ ਬਾਹਰ ਬਾਹਰ ਜਿੱਦਾਂ ਹੁਣ ਆਉਂਦਾ ਤਰਾ ਜੀ, ਤਾਂ ਉੱਤੋਂ ਵੀ ਜਾਣਾ। ਗੱਡਾ ਤਾਂ ਛੱਡ ਦਿੱਤਾ ਉੱਥੇ। ਅਸੀਂ ਤਿੰਨ, ਮੈਂ ਇੱਕ ਬਾਪ ਸਾਡਾ ਤੇ ਤਿੰਨ ਭਰਾ, ਅਸੀਂ ਚਾਰ ਜਣੇ ਹੋ ਗਏ। ਤੇ ਤਾਇਆ ਆ ਗਿਆ ਝੁੱਕਾ। ਹਾਂਜੀ ਹਾਂਜੀ। ਅਸੀਂ ਚੱਲ ਪਏ ਜੀ ਐਸ ਕੁਮਾਰ ਟੁਕੜੇ ਉਹ ਟੁਕੜੇ ਉਹ ਚ ਜਿੱਦਾਂ ਲੁੱਕ ਕੇ ਬਿੱਲੀ ਜਾਂਦੀ। ਹਾਂਜੀ ਹਾਂਜੀ। ਬਿੜ ਕੇ ਨਾ। ਹਾਂਜੀ ਹਾਂਜੀ। ਉਸ ਤਰ੍ਹਾਂ ਲੁੱਕ ਛੁੱਪ ਕੇ ਪਿੰਡ ਉਹ ਲੰਘ। ਅੱਛਾ। ਪਿੰਡ ਲੰਘ ਬਾਰੋ ਬਾਰ। ਹਾਂਜੀ। ਇੱਕ ਪਿੰਡ ਲੰਘ ਗਏ। ਹਾਂਜੀ। ਉਹ ਪਿੰਡ ਦੇ ਇੱਕ ਪਾਸੇ ਗੱਡੀ ਦੀ ਲਾਈਨ ਆਈ। ਅੱਛਾ। ਇੱਕ ਪਾਸੇ ਆ ਰੋਡ ਆਈ। ਅੱਛਾ। ਲਾਰੀ ਆ। ਹਾਂਜੀ। ਹੁਣ ਤੇ ਬੜੀ ਲੱਗੀ ਬਸ ਮਤਲਬ ਜੀ। ਤਾਇਆ ਕਹਿੰਦਾ ਇਹ ਜਿਹੜੇ ਸੀਗੇ ਨਾ ਕਰਾਰ ਇਹ ਮਟਕੇ ਰੱਖਦੇ ਸੀ ਸੜਕ ਦੇ। ਅੱਛਾ। ਪਾਣੀ ਦੇ। ਹਾਂ। ਉਹਦੇ ਜਦੋਂ ਪਾਣੀ ਪਾਓ ਜੀ ਜੀ। ਤਾਇਆ ਕਹਿੰਦਾ ਵੀ ਉਹ ਲਾਲਾ ਜੀ ਬੈਠੇ ਨੇ ਜੀ, ਚਲੋ ਉੱਥੋਂ ਤੁਹਾਨੂੰ ਪਾਣੀ ਪਾਓ। ਅੱਛਾ। ਲਾਲੇ ਹੁਣ ਅੱਗੇ ਅੱਖਾਂ ਬਦਲੀਆਂ। ਅੱਛਾ। ਹਾਂ ਲਾਲੇ ਡਿੱਗਣ ਗਏ। ਹਾਂ ਉਹ ਕਹਿ ਕੇ ਤੁਹਾਡੇ ਵਾਸਤੇ ਪਾਣੀ ਗਾਹ ਬਣਿਆ। ਅੱਛਾ। ਨਹੀਂ ਪਾ। ਅੱਛਾ। ਅਸੀਂ ਖੂਹ ਬਣਾ ਕੇ ਪਾਇਆ ਸਾਡਾ, ਅਜੇ ਦੋ ਚਾਰ ਦਿਨ ਹੋ ਤਾਂ ਗਿਆ ਖੂਹ ਸੀਗੇ ਨਾ ਪਿੱਛੇ। ਹਾਂਜੀ। ਖੂਹ ਬਣਾ ਕੇ ਤਾਂ ਅਜੇ ਗਿਆ, ਤਾਂ ਹੁਣ ਜਾ ਕੇ ਬਾਜ ਮਾਰਦਾ ਫਿਰ ਉਹ ਲੈਣਾ ਬਈ ਉਹ ਇੱਕ ਮੁੰਡਾ ਹੋਵੇ ਚੰਗਾ ਕਰਵਾਤਾ ਲੰਗੋਟਾ ਲਾ ਤੇ ਪੱਠੇ ਪਾ। ਅੱਛਾ। ਉਹਨੂੰ ਬਾਜ ਮਾਰੀ ਉਹਦੇ ਪਿਓ ਨੂੰ, ਉਹ ਫਿਰ ਉਹ ਤਾਂ ਹੈ ਨਹੀਂ ਭਾਈ ਆ ਫਿਰ ਉਹ ਤਾਂ ਚੱਕ ਪਿੰਡ। ਅੱਛਾ। ਪਾਣੀ ਪੀਣਾ ਫਿਰ। ਅੱਛਾ। ਉਹ ਸ਼ਰਮਾ ਪਸ਼ਰਮੀ ਖੂਹ ਗੇੜਿਆ ਅਸੀਂ ਪਾਣੀ ਪੀਤਾ। ਅੱਛਾ। ਤਾਂ ਸਾਨੂੰ ਕਹਿੰਦਾ ਵੀ ਆਹ ਸੜਕ ਜਾਂਦੀ ਪਿੰਡ ਨੂੰ ਜਾਓ। ਅੱਛਾ। ਅੱਛਾ। ਪਿੰਡ ਨੂੰ ਅਸੀਂ ਤੁਪਾ। ਹਾਂਜੀ। ਦੋ ਤਿੰਨ ਚਮਿਆਰੀਆਂ। ਅੱਛਾ। ਚਮਿਆਰੀਆਂ ਚਮਿਆਰੀਆਂ। ਹਾਂਜੀ। ਉਹ ਕਹਿੰਦੀ ਵੀਰਾ ਕਿੱਥੇ ਚੱਲੇ ਹੋ? ਅਸੀਂ ਜਾਣਾ ਤਾਂ ਪਿੰਡ ਨੂੰ। ਅੱਛਾ। ਪਿੰਡ ਨੂੰ ਨਾ ਜਾਓ। ਅੱਛਾ। ਮੂਹਰੇ ਜਗ੍ਹਾ ਬੈਠਾ। ਅੱਛਾ। ਅਸੀਂ ਉਹ ਛੱਤ ਛੋੜ ਦਿੱਤੀ। ਅੱਛਾ। ਰੋਡ ਤਾਂ ਲੰਘਿਆ ਨਾ। ਹਾਂਜੀ ਹਾਂਜੀ। ਅਤੇ ਗਾਹ ਗੱਡੀ ਦੀ ਲੈਣ ਆ ਗਈ। ਅੱਛਾ। ਗੱਡੀ ਲੈਣ ਉੱਠੀ ਸੀ। ਅੱਛਾ। ਗੱਡੀ ਦੀ ਲੈਣ ਪਿੰਡ ਦੇ ਹੁੰਦਾ ਚੜ੍ਹਦੇ ਪਾਸੇ ਆ। ਅੱਛਾ। ਉੱਚੀ ਲੈਣ ਆਈ, ਉਹ ਲੈਣ ਦੇ ਉੱਤੇ ਜਾਣ ਲਵੇ ਜੱਸਾ ਬੈਠ। ਅੱਛਾ। ਜਿੱਦਾਂ ਹੁਣ ਅਨੰਤਰ ਹੈ ਇੱਧਰ ਨੂੰ ਤਾਂ ਇਸ ਪਾਸੇ ਨੂੰ ਪਿੰਡ ਆ। ਹਾਂਜੀ ਹਾਂਜੀ। ਅਸੀਂ ਜਿਹੜੇ ਲੈਣ 'ਤੇ ਚੜ੍ਹੇ ਤਾਂ ਜਿੱਥੇ ਹਾਂਜੀ ਅਤੇ ਜੱਸਾ ਉੱਠ। ਅੱਛਾ। ਉਹ ਮੁਸਲੇ ਜਾਂਦੇ ਆ। ਹਾਂ ਹਾਂ। ਉਹ ਤਾਇਆ ਸਾਡਾ ਕਿੱਡਾ ਉਹਨੂੰ ਲੰਬੜਦਾਰ ਨੂੰ ਪਤਾ ਸੀ ਮਿਸਤਰੀ ਡੰਗਿਆ ਇੱਧਰ। ਅੱਛਾ। ਉਹ ਜਿਸ ਵੇਲੇ ਤਾਇਆ ਨੂੰ ਮੂਹਰੇ ਹੱਥ ਖੜਾ ਕੀਤਾ। ਅੱਛਾ। ਲੰਬੜ ਸਮਝ ਗਿਆ ਵੀ ਮਿਸਤਰੀ ਆ। ਅੱਛਾ। ਉਹ ਲੰਘਿਆ ਸਵੇਰ ਦਾ ਇੱਧਰ ਉਹ ਹੋ ਗਿਆ।
करो जे तो रखते पिंड ठीक है नहीं रखते सानू दसो अखा लिखे लिया थोड़ी राखी करा अच्छा बड़ी दिल्ली ने गल हां जी वो भी सिख सी नंबर दा सिख सी नंबर दा अच्छा ना दा कोई पता है वो तो की वो ना वो होते हो ब्रांड में बोल रहे थे कि हां जी हां से की बोल यहां पे अच्छा तुम्हारी राखी अच्छी करा अच्छा जे तुम्हारा नहीं वो सब तो साडा जेड़ा पिंड सी हां तीए तिने हिस्से कुछ है अच्छा ਤੀਆ ਹੈ ਸਾ ਬਿਹਾਰਾ ਦਾ ਤੀਆ ਮੁਸਲਮਾਨਾਂ ਦਾ ਤੀਆ ਹੈ ਸੀਗਾ ਸਿੱਖਾਂ ਦਾ ਅੱਛਾ ਇਹਦੇ ਸੇ ਕੁਝ ਸ਼ਾਬਾਸ਼ ਸ਼ਾਬਾਸ਼ ਅਸਾਂ ਜਨਾਬ ਜਿਸਲੇ ਹਾਂ ਤਿੰਨੇ ਐਸੇ ਕੁਝ ਹਾਂਜੀ ਅਸਾਂ ਦਿਲ ਲੈ ਗਿਆ ਅੱਛਾ ਮੈਂ ਕੁਛ ਕੁਛ ਜਿਹਾ ਹੋਇਆ ਤੇ ਜ਼ਿਆਦਾ ਕੋਠੇ ਤੇ ਬਸੋ ਅੱਛਾ ਸੜਕਾਂ ਸੀਗੀਆਂ ਜਿੱਦਾਂ दूए पासे हल्ला हो गई असी जो गलियां टपियां तो शिखर में जा रहे गली टप खाला टप ले छोड़िए चलो देखो बैठे उठे घर को अमन हो गया मुड़ के वापस आ गए छत्ता से ज्यादा मौसम से हाँ जी रोटियां खाते छत्ता से जी जी बकरियां खा ली ਜਨਾਬ ਪਿਛਾ ਆ ਗਿਆ ਛੱਤ ਪੈ ਗਿਆ ਕਿਸੇ ਮੁਰਗੀ ਖਾਲੀ ਕਿਸੇ ਨਾ ਖਾਂਦੀ ਇੱਕ ਤਾਂ ਰਾਤ ਜਿਸਲੇ ਅੱਧੀ ਹੋਈ ਆ ਉਹ ਸਿੱਖਾਂ ਦਾ ਮੁੰਡਾ ਜਿਹੜਾ ਆਇਆ ਦਿੱਤਾ ਹੋ ਗਿਆ ਹਾਂ ਹਾਂ ਉਹ ਕਹਿੰਦਾ ਵੀ ਕਿਉਂ ਗੱਡਾ ਸਭ ਤੋਂ ਜੀ ਜੀ ਅੱਛਾ ਇੱਕ ਉਹ ਜਿਹਾ ਜਿਹੋ ਜਿਹਾ ਬਰਦਾਸ਼ ਆਪ ਸੀ मुसलमान समान कि ले जाते पाल सिख सी ਕਿਹਦਾ ਕਰਦਾ ਸਾ ਜੀ ਸਵੇਰ ਹੋਈ ਗੱਡਾ ਜਿਹੜਾ ਨਵਾਂ ਸੀ ਉਹ ਕੁੜੀ ਆ ਉੱਥੇ ਕੰਧ ਨਾਲ ਖੜਾ ਰਹਿ ਗਿਆ ਅੱਛਾ ਤੇ ਤਾਂ ਦਾ ਪੁਰਾਣਾ ਜੋੜੇ ਬੈਠੇ ਦਾ ਜਿਹੜਾ ਹੈ ਤਾਂ ਪੀ ਕਰਵੇ ਦੇ ਨਹੀਂ ਕਰਦਾ ਹਾਂਜੀ ਹਾਂਜੀ ਇਹ ਗੱਲਬਾਤ ਕਰਨੀ ਆ ਤੂੰ ਹਾਂ ਦੱਸਣੀ ਆ ਉਹ ਮੈਂ ਹੁਣ ਗੱਲ ਇੱਥੋਂ ਸ਼ੁਰੂ ਹੁੰਦੀ ਪਈ ਹਾਂਜੀ ਬਈ ਉਹਨਾਂ ਨੇ ਚੱਕ ਦੇ ਵਿੱਚੋਂ ਦੋ ਬੰਦਿਆਂ ਨੇ ਸਾਨੂੰ ਇੱਥੋਂ ਗੱਲ ਸ਼ੁਰੂ ਕਰੋ ਜੀ ਹਾਂਜੀ ਅੱਛਾ ਸਿੱਖਾਂ ਨੇ ਗੱਡਿਆ ਪੁਰਾਣਾ ਜ਼ਿਆਦਾ ਹਾਂਜੀ ਹਾਂਜੀ ਉਹ ਪੁਰਾਣਾ ਦੇਖਤਾ ਸਾਨੂੰ ਅੱਛਾ ਅਸੀਂ ਉਹ ਤਿਆਰ ਕੀਤਾ ਸਿੱਖਾਂ ਤੋਂ ਜੋੜੀ ਲਈ ਅੱਛਾ ਜੋੜੀਆਂ ਸੀਗੀਆਂ ਉਹ ਪਿੱਛੇ ਲੱਕੜ ਦੀਆਂ ਹਾਂ ਲੱਕੜ ਦੀਆਂ ਜੋੜੀਆਂ ਉਹ ਤਾਂਗੇ ਥੱਲੇ ਦਿੱਤੀ ਤਾਂਗਾ ਤਿਆਰ ਕੀਤਾ ਅੱਛਾ ਉਹ ਪੁਰਾਣੇ ਨੂੰ ਠੀਕ ਕੀਤਾ ਹਾਂਜੀ ਉੱਤੇ ਅਸੀਂ ਸਾਡੇ ਬਣਾਉਂਦੇ ਸੀ ਘਰ ਖੂਹ ਦੇ ਲੋਟੇ ਅੱਛਾ ਚਾਦਰਾਂ ਦੀ ਛੱਤ ਪਾਈ ਲੋਹੇ ਦੀ ਅੱਛਾ ਅੱਛਾ ਬੋਲਾ ਹਾਂਜੀ ਬੋਲਦਾ ਤਾਂ ਸਿੱਖ ਨਹੀਂ ਸੀ ਪੈਂਦੇ ਅੱਛਾ ਜਿਹੜਾ ਵੀ ਦੇਖਦਾ ਕਹਿੰਦਾ ਆਹ ਬੰਦਾ ਪਾਕਿਸਤਾਨ ਪਹੁੰਚੂ ਅੱਛਾ ਪਹੁੰਚ ਵੀ ਆਏ ਅੱਛਾ ਸਾਡਾ ਹੋਰ ਰਾਹ ਦੇ ਵਿੱਚ ਨੁਕਸਾਨ ਕੋਈ ਜਿਹੜਾ ਸਾਡੇ ਤਾਏ ਦਾ ਸ਼ੋਰ ਮੇਲੋ ਵੱਡਾ ਸੀ ਅੱਛਾ
पानी है, पानी की रोड आई। अच्छा, पानी की रोड जो लियाए तो गड्ढे पानी ने चक। अच्छा, अगले पासे गड्डी की लैन से डरे थी। अच्छा, पानी ने पानी का रंग सी वो जो जिथे बैठे। अच्छा, कोई गड्ढे तो थले बैठा, बारिश पवे उ गड्ढा त्यार किया। गड्ढे छन बनाए लोहे के चादर बोलता सिंह बजे पेंड। अच्छा, असि उतो चक पिंड चो चल पाए। अच्छा, फलाली जा काबला लगता पिया। अच्छा, उठ के रोड के उत्ते पिंड से रोड के उत्ते। अच्छा, पिंड के जिदा हो पाया रोड चबारा हो गया। अच्छा, हूँ उ सू महीना लग गया। अच्छा, कपड़े हाँ जी, हाँ जी। बारिश पैनी बस कभी खरा सिखा राखे जो सिखा दे। अच्छा, सिखा दे राखे थी। अच्छा, मिंडरी जड़ी थी फौज सिखा दी। अच्छा, जेले महीना हो गया ना। अच्छा, वो कहने जवाब देता उन्होंने बे अपनी राखी आप करो। किन्न जवाब देता बोले मिंडरी ने सिखा दी मिंडरी ने। वो दो मुंडे किधर गए जेड़े तुम छड़न आए सी किथे तक वो छड़ के गए कैंप तक वो सिखा दे। हाँ, नहीं वो ने तो उठे तैयारी की थी साड़ी। अच्छा, तो जवाब सिखा दी राखे। अच्छा, नहीं अपनी राखी आप करो सब तो लिखती। अच्छा, जो लिया टाइम जी रात पहला से हाँ जी जो लिया टाइम होया तो इधरों बलोच बलोचों की मिलिट्री जाती है पाकिस्तान। हाँ, बलोच रेजिमेंट बलोच। हाँ जी, इन्होंने जा हलकारा मारिया भी साढ़े थोड़े सैनी आ गए हो। हाँ जी, हूँ तो वह करो ठीक है। इन्होंने मारिया लीका तो इस लीके के अंदर पास गड्ढा लाओ जी। लीक लो बाहर नुकसान हो जाए तो असी दिया जी जी। जो लीक नहीं बाहर लाओ गोली चलती तो पता लगता जिते बारिश पी लो हो दिन चढ़ क्या दूए दिन गड्ढे थले बैठे ना चाचा साडा गड्ढा भाई पानी तह चढ़ा मैं पंबा भार बैठा मेरे चिटा पानी लग गया। जेले तू यकीन करी आ छड़ गई ना था। अच्छा, पानी ने एक पहिया तोड़ लिया। अच्छा, एक तिर एदा था लंघ गया। अच्छा, तोड़ के अच्छा।
ਉਹ ਜਦੋਂ ਇਹ ਲੰਘ ਗਿਆ ਤਾਂ ਅਸੀਂ ਚੱਲੇ। ਅੱਛਾ ਉਹ ਟਾਈਮ ਗਿਆ। ਅੱਛਾ ਕਿਸੇ ਦੇ ਰੁੱਖਾਂ ਨਾਲ ਵੱਧ ਦਿੱਤੇ। ਅੱਛਾ ਆ ਝਾੜੀਆਂ ਹਾਂ ਹਾਂ ਕਿਸੇ ਦੇ ਰੁੜ ਗਿਆ। ਅੱਛਾ ਅਗਲੇ ਪਾਸੇ ਉਧਰੋਂ ਬਾਹਰ ਚ ਪਵੇ। ਅੱਛਾ ਗੱਡਾ ਰਹਿ ਗਿਆ ਪਿੱਛੇ, ਦੋ ਚਾਰ ਬੰਦੇ ਗੰਨੇ ਨਾਲ ਰਹਿ ਗਿਆ, ਬਾਕੀ ਜਿਹੜਾ ਦਿਮਾਗ ਬੱਚੇ ਤੁਰ ਪੈ ਬਿਸਤਰੇ ਡੰਡਾ ਵੀ ਹਰ ਕੋਈ ਬਿਸਤਰਾ ਚੱਕ ਲਿਆ। ਹੁਣ ਤੁਰੇ ਜਾਂਦੇ ਆ ਪਾਣੀ ਦਾ ਰੋਡ ਦੇ ਵਿੱਚ। ਅੱਛਾ ਸੜਕ ਦਾ ਪਾਣੀ ਨੇ ਪੜ ਸਕੀ। ਹਾਂਜੀ ਹਾਂਜੀ ਇੱਧਰੋਂ ਗਏ ਉਹ ਮਾਲ ਦੇ ਟੈਂਟ ਜਿਹੜੇ ਮਾਲ ਉੱਤੇ ਕੈਨ ਉੱਤੇ ਚੱਲ। ਹਾਂਜੀ ਹਾਂਜੀ ਇਹ ਦੋ ਚਾਰ ਮਹੀਨਾ ਵੀ ਰਹਿੰਦਾ ਰਸਤਾ। ਹਾਂਜੀ 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 ਉਹ ਲੰਘੇ ਬੰਦ ਕਰਤੇ ਜੀ। ਵਿਆਸਾ ਦਰਿਆ ਬਹੁਤ ਬੜਾ। ਅੱਛਾ ਇਹ ਸੱਤ ਲੋ ਜਾ। ਹਾਂ ਹਾਂ ਇਹ ਲੰਘ ਇਸ ਪਾਰ ਹੋਣਾ ਬੇਟਾ। ਅੱਛਾ ਹੁਣ ਉਹ ਜੇਲੇ ਬਿਸਤਰਾ ਚੱਕਿਆ ਤਾਂ ਉਹ ਛੋਰ ਜਿਹੜਾ ਸੀ ਵੱਡਾ ਮੇਰੇ ਤੋਂ ਹਰ ਕੋਈ ਕਹੇ ਇਸ ਖੂਹ ਚੋਂ ਪਾਣੀ ਨਾ ਪੀ ਲਓ। ਅੱਛਾ ਇਹਦੇ ਜ਼ਹਿਰ ਪਾਈ। ਅੱਛਾ ਉਹ ਪੜ੍ਹ ਲਓ ਬੰਦੇ ਜਿੱਦਾਂ ਕਦੇ ਆਈ ਹੁੰਦੀ ਤੋਂ। ਅੱਛਾ ਬਾਬਾ ਪੜ੍ਹ ਲਓ ਬਿਸਤਰਾ ਸਿੱਟਿਆ। ਅੱਛਾ ਉੱਥੇ ਹੀ ਉੱਠ। ਅੱਛਾ ਮੈਂ ਤੁਹਾਨੂੰ ਪੋਲ ਟੱਪਿਆ। ਅੱਛਾ ਫਿਰ ਚੰਗੇ ਮਾੜੇ ਜਿਹੜੇ ਬੈਠੇ ਹੁਣ ਬਾਰਿਸ਼ ਵੀ ਪਵੇ ਦਰਿਆ ਦਾ ਨੇੜੇ ਜੇ ਜਿਹੜਾ ਵੀ ਏਦਾਂ ਠੰਡਾ ਹੋਇਆ ਉਹ ਬਿਸਤਰਾ ਲਪੇਟਿਆ ਤਾਂ ਰੱਖ ਦਿੰਦਾ। ਅੱਛਾ ਚੱਲ ਪਿਆ ਉੱਥੋਂ। ਅੱਛਾ ਬਾਰਿਸ਼ ਵਿੱਚੋਂ ਹਟ ਗਈ ਥੋੜ੍ਹੀ ਜਿਹੀ ਅਸੀਂ ਤਾਂ ਫਿਰ ਇੱਕ ਥੇ ਜਿਹਾ ਹੋਵੇ। ਅੱਛਾ ਕੋਈ ਟਰਾਕਾਂ ਚ। ਅੱਛਾ ਕੋਈ ਗੱਡੀ ਚ ਮੇਰੇ ਅੱਖ ਦੁਖਦੀ ਮੈਂ ਤਾਂ ਗੱਡੀ ਚ ਆਇਆ। ਅੱਛਾ ਹਵਾ ਪੈ ਗਈ ਜੀ ਬੜਾ ਡੇਲਾ ਬਾਹਰ ਨਿਕਲ। ਅੱਛਾ ਜੀ ਜੀ ਲੋੜਾ ਗਏ। ਅੱਛਾ ਦੌੜ ਮਾਰ ਕੇ ਸਾਰਾ ਇਕੱਠਾ ਹੁੰਦਾ। ਰਾਸ਼ਨ ਲੈਣ ਚਲੇ ਗਏ ਆਂਦੇ ਬੰਦੇ ਰਾਸ਼ਨ ਕੀਟਰ ਤੇ ਮਿਲਦਾ। ਹਾਂਜੀ ਹਾਂਜੀ ਜਹਾਜ ਅੱਡੇ ਦੇ ਕੋਲ ਬੈਠੇ ਆ। ਅੱਛਾ ਸੰਤਰੀ ਬਾਜਾ ਮਾਰਦਾ ਜੇ ਕੋਈ ਮੁਲਤਾਨ ਦੇ ਜਾਣੇ ਵਾਲਾ। ਅੱਛਾ ਤੇ ਸਾਡਾ ਕੋਠੀ ਕਹਿੰਦਾ ਵੀ ਜਾਣਾ ਤਾਂ ਹੈਗਾ ਵੀ ਸਾਡੇ ਕੋਲ ਕਿਰਾਇਆ ਇਹਨੂੰ ਬੈਠਾ ਰਹਿਣ ਦਿਓ। ਬਾਕੀ ਸਵਾਰੀਆਂ ਜਿਹੜੀਆਂ ਪੂਰੀਆਂ ਹੋ ਗਈਆਂ ਬੈਠੋ ਬੂਹਾ ਗੇੜਾ ਮੈਂ ਲਾ ਦਿੰਦਾ। ਅੱਛਾ ਅਸੀਂ ਨਾ ਉੱਠੋ ਲਫਾਫੇ ਦੇ ਦਿਲ ਖਰਾਬ ਹੋਵੇ ਤੇ ਲਫਾਫੇ ਮੇਰਾ ਚਾਚੇ ਦਾ ਮੈਂ ਉਹ ਮੇਰੀ ਚੋੜੀ ਚ ਬੈਠਾ ਇੱਕ ਕੁਰਸੀ ਦੇ ਬੈਠੇ ਅਸੀਂ ਬੱਚੇ ਬਾਕੀਆਂ ਭਰਨ ਤੇ ਲਫਾਫੇ ਸਾਨੂੰ ਨੀ ਉਹ ਪਰਛਾਵੇ। ਬਸ ਉਹ ਪੇਟੀਆਂ ਲਾ ਲਓ ਕੁਰਸੀਆਂ ਤੇ ਬੈਠੇ ਉਹ ਸਾਡੀ ਬਲਾ ਜਾ ਲੈ ਪੇਟੀ ਕਿੱਦਾਂ ਲਵਾਉਣੀ ਆ ਉਹ ਏਦਾਂ ਹੀ ਬੰਦ ਬੋਲੋ ਏਦਾਂ ਹੀ ਕਰ ਦਿੰਦਾ ਥੱਲੇ ਜਾ। ਅੱਛਾ ਚਲੋ ਫਿਰ ਡਾ ਗਿਆ ਬੈਠੋ ਪੁੱਤਰ ਜਲੇ ਜਿੱਦਾਂ ਉਹ ਸਾਨੂੰ ਦੁਖੀਆਂ ਦੇਖਣਾ ਸੀ ਕੋਈ ਤੇਲ ਉਹ ਲੰਘਾ ਦੋ ਗੇੜੇ ਲੱਗ ਗਏ। ਹਾਂਜੀ ਹਾਂਜੀ ਅੱਛਾ
पिछे भी बड़े कहते इतने बह जाओ अच्छा जहाज पेट्रोल छोड़ के पहुंचा है पैदल ही फिर जहाज आ गए बोलतानो फिर कोई गल नहीं कहरा रोड होंगे बहुतपुर लारी जाते लारी बस्ती पता सी ना मुफड़ इतने रहे बस्ती कच्चे रास्ते होंगे बहुतपुर रोड पक्का कहरा गया अच्छा बाकी सर कच्चा ही सब अच्छा दुनियापुर तक कच्चे सब कच्चा है रोड तो ही कच्चा अच्छा हाँ पक्का तो है बाद में बने अच्छा फिर उतो इधर पैदल इधर नु आ गए हाँ पैदल असी ये सिखां दे विच रहिंदा सी मुसलमान होर है कि नहीं अच्छा नौ चक्कर जिहड़ा सी मुसलमान दा अच्छा उत्थे इहदे ताए दा पुत्त सी कहिंदा अच्छा ये इत्थों उठ के तो उठ चले गया हाँ जी असीं जेल्ले पता लगा रजबे वो तो नौ च आ गया नौ च चले गया अच्छा नौ च रात रहे सी सवेरे सारे इकट्ठे हो गए तो तीन जा गए अच्छा जी जी गल हैगी भी जी कोई डांडी आ हाँ बिलकुल बिलकुल हाँ जी हूँ एक पैगाम दे दो नवी नस्ल वास्ते जिंदगी उन्होंने अच्छी गुजर जाए जे तुसी ना जिंदगी सौ साल जिंदगी पूरी की बैठे ताड़ा एक तजर्बा जे तरक्की किदां कर सकदी कौम ए तरक्की देखो जी ए है सारी गल समझ हाँ जी हाँ जी जितो दिया देखो अल्लाह नु समझ आ जाए हाँ जी बड़ी गल जी जी तुसी एक पैगाम दवो बस मैं अपनी करनी तेरे वास्ते नहीं करना कीड़ा फेरा ते कल आया हां बिलकुल 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 ए गल तुसी बिलकुल ठीक कीती है दिल खुश हो गया ताड़े नाल गल बात करके पैगाम तुसी देता अस्सलाम वालेकुम बाबा जी रोटी पकौड़े।